ਜਿੰਨੇ ਲੀਡਰ ਨੇ ਸੈਕਿੰਡ ਕਲਾਸ ਦੇ ਡਰਾਈਵਰ ਲਾਂਗਰੀ ਗਨਮੈਨ ਅਤੇ ਸੇਵਾਦਾਰ ਇਹ ਲੀਡਰਾਂ ਦੇ ਘਰਾਂ 'ਚ ਨੇ ਤਨਖਾਹ ਗੁਰੂ ਰਾਮਦਾਸ ਦੇ ਖਜ਼ਾਨੇ 'ਚ ਆਉਂਦੀ 350 ਦੇ ਕਰੀਬ ਇਹ ਮੁਲਾਜ਼ਮ ਨੇ ਇਹ ਇਹ ਕੁਕਰਮ ਹੋ ਰਹੇ ਨੇ ਅਤੇ ਜੇ ਤੁਸੀਂ ਅਜੇ ਵੀ ਨਾ ਉੱਠੇ ਫਿਰ ਕਦੋਂ ਉੱਠਾਂਗੇ ਤੁਸੀਂ ਅਕਾਲੀ ਜੇ ਖਾਉਂਦੇ ਆਪਣੇ ਆਪ ਨੂੰ ਤਾਂ ਤੁਹਾਨੂੰ ਅਕਾਲੀ ਹੋਣ ਦਾ ਰੁਤਬਾ ਬਖਸ਼ਿਆ ਦਸਮ ਪਾਤਸ਼ਾਹ ਨੇ ਅਕਾਲ ਪੁਰਖ ਸੱਚੇ ਵਾਹਿਗੁਰੂ ਨੇ ਜਿਹਨੇ ਪੰਥ ਸਾਜਿਆ ਹੁਕਮ ਦਿੱਤਾ ਪੰਥ ਸਾਜਣ ਦਾ ਉਹਦੇ ਹੁਕਮ ਨਾਲ ਦਸਮ ਪਾਤਸ਼ਾਹ ਨੇ ਪੰਥ ਸਾਜਿਆ ਤੁਸੀਂ ਅਕਾਲੀ ਬਣੇ ਬੜੇ ਬੜੇ ਮਾਣ ਅਤੇ ਫਕਰ ਨਾਲ ਅਕਾਲੀ ਫੂਲਾ ਸਿੰਘ ਮਾਪਿਆਂ ਨੇ ਨਾਂ ਰੱਖਿਆ ਉਹਨੂੰ ਅਕਾਲੀ ਬੜੇ ਫਕਰ ਨਾਲ ਕੌਮ ਨੇ ਰੁਤਬਾ ਦਿੱਤਾ ਤੁਸੀਂ ਉਹ ਅਕਾਲੀ ਹੋ ਜੇ ਤੇ ਤੁਹਾਡੀਆਂ ਅੱਖਾਂ ਸਾਹਮਣੇ ਦਸਮ ਪਾਤਸ਼ਾਹ ਦੀ ਆਤਮਾ ਲੀਰੋ ਲੀਰ ਹੋਈ ਬਰਗਾੜੀ ਚ ਇਹ ਬੁਰਜਵਾਲ ਸਵਾਲ ਵਾਲਾ ਦੇ ਵਿੱਚ ਤੇ ਮਾਲਕ ਸੀ ਉਦੋਂ ਪਾਤਸ਼ਾਹ ਬਣਿਆ ਸੀ ਇਹ ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਤੁਸੀਂ ਆਪਣਾ ਲੀਡਰ ਮੰਨਦੇ ਹੋ ਇਸ ਅਗਵਾਈ ਤੋਂ ਮੁੱਕਰ ਜਾਓਗੇ ਕੱਲ ਨੂੰ ਅਸੀਂ ਮਰਨਾ ਸਾਰਿਆਂ ਨੇ ਸਾਡੀ ਚਿਖਾ ਤੇ ਅਰਥੀ ਜਾਣੀ ਹੈ ਅਰਦਾਸ ਹੋਣੀ ਉਸ ਵੇਲੇ ਉਸ ਤੋਂ ਬਾਅਦ ਸਾਨੂੰ ਬਾਦਲ ਨੇ ਆਸਰਾ ਨਹੀਂ ਦੇਣਾ ਗੁਰੂ ਮਹਾਰਾਜ ਕਹਿੰਦੇ ਜਰ ਪਿਸਰ ਪਦਰ ਬਰਾਦਰਾਂ ਕਸਨੇਸ ਦਸਤੰਗੀਰ ਮਾਂ ਹੋਵੇ ਪੁੱਤ ਹੋਣ ਪਿਤਾ ਹੋਵੇ ਪਤਨੀ ਹੋਵੇ ਭਰਾ ਹੋਣ ਕਸਨੇਸ ਦਸਤੰਗੀਰ ਕੋਈ ਬਾਂਹ ਫੜਨ ਵਾਲਾ ਨਹੀਂ ਮਿਲਦਾ ਉਸ ਸਮੇਂ ਕੋਈ ਮਦਦਗਾਰ ਨਹੀਂ ਹੁੰਦਾ ਤੂੰ ਮਦਦਗਾਰ ਕੌਣ ਆ ਦਸਤਗੀਰੀ ਦੇਵ ਦਲਾਵਰ ਤੁਸੀਂ ਇੱਕ ਅਕਾਲ ਪੁਰਖ ਦਿੰਦਾ ਤੇ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਹੁਕਮ ਨਾਲ ਸਾਜਿਆ ਹੋਵੇ ਪੰਥ ਤੇ ਦਸਮ ਪਾਤਸ਼ਾਹ ਦੀ ਆਤਮਾ ਨੂੰ ਪਾੜਿਆ ਤੇ ਸਾੜਿਆ ਹੋਵੇ ਤੁਹਾਡੀਆਂ ਅੱਖਾਂ ਸਾਹਮਣੇ ਤੁਸੀਂ ਬਾਦਲ ਵੱਲ ਖੜੋਗੇ ਜਾਂ ਗੁਰੂ ਗ੍ਰੰਥ ਸਾਹਿਬ ਵੱਲ ਖੜੋਗੇ ਤੁਹਾਡੀ ਗਵਾਹੀ ਹੋਣੀ ਹੀ ਹੋਣੀ ਹੈ ਇਹ ਤੋਂ ਤੁਸੀਂ ਬਚ ਨਹੀਂ ਸਕਦੇ ਤੇ ਮੇਰੀ ਬੇਨਤੀ ਇੰਨੀ ਕਿ ਸੱਚੇ ਅਕਾਲੀ ਬਣੋ ਆਪਣੀ ਗਵਾਹੀ ਠੀਕ ਠੋਕ ਕੇ ਦਿਓ ਇਹ ਬਾਦਲ ਦੇ ਪੁੱਤ ਨੂੰ ਕਹਿ ਦਿਓ ਤੇਰੇ ਦਿਨ ਭੁੱਗ ਗਏ ਤੂੰ ਬਹੁਤ ਮਜ਼ੇ ਕਰ ਲਏ ਹੁਣ ਸਾਨੂੰ ਮਾਫ਼ ਕਰ ਹੁਣ ਕਿਤੇ ਧਰਮੀ ਲੋਕਾਂ ਨੂੰ ਕੌਮ ਦਾ ਭਲਾ ਕਰਨ ਲਈ ਮੌਕਾ ਦੇ ਦੇ ਫਿਰ ਵੀ ਸਾਡੀ ਕੌਮ ਬਚ ਜਾਊਗੀ ਤੇ ਨਹੀਂ ਤੇ ਫਿਰ ਇਹ ਬਾਦਲ ਨੇ ਤੇ ਪਤਾ ਨਹੀਂ ਹੁਣ ਕਿੰਨੇ ਦਿਨ ਹੋ ਰਿਹਾ ਪਰ ਤੁਹਾਡੀ ਮਾਂ ਨਹੀਂ ਫੜਨੀ ਕਿਸੇ ਨੇ ਤੁਹਾਡੇ ਤੇ ਯਕੀਨ ਨਹੀਂ ਕਰਨਾ ਕਿਸੇ ਨੇ ਸਾਡੀ ਪੂਰੀ ਸਿੱਖ ਕੌਮ ਨੂੰ ਅਕਾਲ ਤਖ਼ਤ ਥੱਲੇ ਲਿਆਂਦਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਅੱਜ ਕਿੰਨੇ ਰਹਿ ਗਏ ਨੇ ਇੱਕ ਇੱਕ ਕਰਕੇ ਛਾਂਟਦੇ ਆਮ ਆਦਮੀ ਪਾਰਟੀ ਸਿੱਖ ਹੈ ਨਹੀਂ ਕਾਂਗਰਸ ਦੇ ਵਿੱਚ ਸਿੱਖ ਹੈ ਨਹੀਂ ਬਸਪਾ ਦੇ ਵਿੱਚ ਸਿੱਖ ਹੈ ਨਹੀਂ ਹੁਣ ਤੇ ਭਾਜਪਾ 'ਚ ਵੀ ਜਾ ਰਹੇ ਨੇ ਵੀ ਇਹ ਸਿੱਖ ਹੈ ਨਹੀਂ ਗੇ ਇਹਨਾਂ ਨੂੰ ਨਹੀਂ ਮੰਨਾਂ ਗਿਆ ਸੀ ਇਹਨਾਂ ਨੇ ਆਪਣੇ ਸਰੂਪ ਤਿਆਗ ਦਿੱਤੇ ਇਹਨਾਂ ਨੇ ਸਿਰਫ ਆਪਣੀ ਸੋਚ ਬਦਲੀ ਆ ਕਿ ਅਕਾਲੀ ਸੋਚ ਲੀਡਰਾਂ ਦੀ ਮਾੜੀ ਹੈ ਅਸੀਂ ਇੱਧਰ ਜਾਵਾਂਗੇ ਧਰਮ ਨਹੀਂ ਤਿਆ ਗਿਆ ਤੋ ਸਾਰੇ ਜਿੰਨੇ ਵੀ ਸਿੱਖ ਨੇ ਕਿਸੇ ਵੀ ਪਾਰਟੀ 'ਚ ਹੋਣ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਰਿਮੰਦਰ ਸਾਹਿਬ ਜਾ ਕੇ ਸੁੱਖਣਾ ਸੁੱਖਦੇ ਆ ਭਾਵੇਂ ਉਹ ਕਲੀਨ ਸੇਵਨ ਹੋਣ ਆਪਣਾ ਵਿਦੇਸ਼ਾਂ 'ਚ ਰਹਿਣ ਕਰਕੇ ਭਾਵੇਂ ਸਿਰ ਮੂੰਹ ਮਨਾਏ ਤਾਂ ਵੀ ਉੱਥੇ ਸੁੱਖਣਾ ਸੁੱਖਦੇ ਹੱਥ ਜੋੜ ਕੇ ਬੱਚਿਆਂ ਦੀ ਖੈਰ ਮੰਗਦੇ ਉਸ ਧਰਮ ਨੂੰ ਆਪਾਂ ਰਲ ਮਿਲ ਕੇ ਬਚਾ ਲਈਏ ਜਿਹੜੀ ਪਾਰਟੀ 'ਚ ਮਰਜ਼ੀ ਰਹੋ